ਪਟਿਆਲਾ ਨਗਰ ਨਿਗਮ ਚੋਣਾਂ ਦੌਰਾਨ ਕਾਂਗਰਸ ਵੱਲੋਂ ਪੁਲਿਸ ਦੀ ਮਦਦ ਨਾਲ ਕੀਤੀ ਧੱਕੇਸ਼ਾਹੀ ਹੁਣ ਸਬੂਤਾਂ ਸਮੇਤ ਸਾਹਮਣੇ ਆ ਗਈ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਅਤੇ ਪਟਿਆਲਾ ਅਕਾਲੀ ਦਲ ਦੇ ਸੀਨੀਅਰ ਨੇਤਾਵਾਂ ਨੇ ਨਗਰ ਨਿਗਮ ਚੋਣਾਂ ਦੌਰਾਨ ਹੋਈ ਧੱਕੇਸ਼ਾਹੀ ਦੇ ਵਿਰੋਧ ਵਿੱਚ ਕਾਰਵਾਈ ਕਰਨ ਲਈ ਡੀਸੀ ਪਟਿਆਲਾ ਨੂੰ ਮੰਗ ਪੱਤਰ ਦੇਣ ਸਮੇਂ ਕੀਤਾ। ਵਾਰਡ ਨੰਬਰ 14 ਦੇ ਅਕਾਲੀ ਦਲ ਬਾਦਲ ਦੇ ਉਮੀਦਵਾਰ ਜਸਪਾਲ ਸਿੰਘ ਬਿੱਟੂ ਚੱਠਾ ਅਤੇ ਮਾਣਯੋਗ ਹਾਈਕੋਰਟ ਦੇ ਹੁਕਮਾਂ ਦੇ ਡਿਪਟੀ ਕਮਿਸ਼ਨਰ ਪਟਿਆਲਾ ਵੱਲੋਂ ਇਸ ਚੋਣ ਦੀ ਬਣਾਈ ਲਾਈਵ ਵੀਡੀਓ ਸੀਡੀ RTI ਰਾਹੀਂ ਪ੍ਰਾਪਤ ਕਰ ਲਈ ਹੈ, ਜਿਸ ਵਿੱਚ ਪੂਰੀ ਤਰ੍ਹਾਂ ਸਪਸ਼ਟ ਤੌਰ ਤੇ ਪਟਿਆਲਾ ਦੇ ਵਾਰਡ ਨੰਬਰ 14 ਵਿੱਚ ਡਕਾਲਾ, ਸਮਾਣਾ ਅਤੇ ਪਾਤੜਾਂ ਤੋਂ ਲਿਆਂਦੇ ਲੋਕਾਂ ਵੱਲੋਂ ਸ਼ਰੇਆਮ ਵੋਟਾਂ ਪਾਈਆਂ ਜਾ ਰਹੀਆਂ ਨੇ ਅਤੇ ਆਮ ਵੋਟਰਾਂ ਨੂੰ ਪੁਲਿਸ ਦੀ ਮਦਦ ਨਾਲ ਬਾਹਰ ਕੱਢ ਦਿੱਤਾ ਗਿਆ। ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਜਸਪਾਲ ਸਿੰਘ ਬਿੱਟੂ ਚੱਠਾ ਨੇ 17 ਦਸੰਬਰ 2017 ਨੂੰ ਪਟਿਆਲਾ ਨਿਗਮ ਦੀ ਚੋਣ ਵਿੱਚ ਕਾਂਗਰਸ ਵੱਲੋਂ ਕੀਤੀ ਜਾਣ ਵਾਲੀ ਧੱਕੇਸ਼ਾਹੀ ਦੇ ਡਰੋਂ ਪਹਿਲਾਂ ਹੀ ਮਾਣਯੋਗ ਹਾਈਕੋਰਟ ਦੇ ਹੁਕਮ ਲਿਆਂਦੇ ਸਨ ਕਿ ਚੋਣ ਪੂਰੀ ਤਰ੍ਹਾਂ ਪਾਰਦਰਸ਼ੀ ਹੋਣੀ ਚਾਹੀਦੀ ਹੈ, ਪਰ ਇਸ ਦੇ ਉਲਟ 17 ਦਸੰਬਰ ਨੂੰ ਜਿੱਥੇ ਅਕਾਲੀ ਦਲ ਦੇ ਉਮੀਦਵਾਰ ਅਤੇ ਉਸਦੇ ਸਮਰਥਕਾਂ ਦੀ ਕੁੱਟਮਾਰ ਕਰਕੇ ਉਹਨਾਂ ਨੂੰ ਪੋਲਿੰਗ ਬੂਥ ਤੋਂ ਬਾਹਰ ਕੱਢ ਦਿੱਤਾ ਗਿਆ ਅਤੇ ਬਾਅਦ ਵਿੱਚ ਫਿਰ ਬਾਹਰੋਂ ਲਿਆਂਦੇ ਲੋਕਾਂ ਤੋਂ ਵੋਟਾਂ ਪਾ ਕੇ ਕਾਂਗਰਸੀ ਉਮੀਦਵਾਰ ਨੂੰ ਜਿਤਾਇਆ ਗਿਆ ਸੀ। ਰੱਖੜਾ ਅਤੇ ਜ਼ਿਲ੍ਹਾ ਪਟਿਆਲਾ ਦੇ ਅਕਾਲੀ ਦਲ ਦੇ ਸੀਨੀਅਰ ਨੇਤਾਵਾਂ ਨੇ ਅੱਜ ਇੱਥੇ DC ਪਟਿਆਲਾ ਤੋਂ RTA ਰਾਹੀਂ ਮਿਲੀ ਵੀਡੀਓ CD ਦੀ ਕਾਪੀ ਤੇ ਹੋਰ ਸਬੂਤਾਂ ਨੂੰ ਪੱਤਰਕਾਰਾਂ ਸਾਹਮਣੇ ਰੱਖਦਿਆਂ ਦੱਸਿਆ ਕਿ ਸ਼ਰੇਆਮ ਡਕਾਲਾ, ਸਮਾਣਾ ਅਤੇ ਪਾਤੜਾਂ ਤੋਂ ਲਿਆਂਦੇ ਗਏ ਇਹਨਾਂ ਜਾਲੀ ਵੋਟਰਾਂ ਨੇ ਪੋਲਿੰਗ ਕਰਾਉਣ ਵਾਲੇ ਸਟਾਫ ਤੇ ਪੁਲਿਸ ਨਾਲ ਮਿਲ ਕੇ ਵੋਟਾਂ ਪਾਈਆਂ। ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ DC ਵੱਲੋਂ ਜਾਰੀ CD ਵਿੱਚ 500 ਦੇ ਕਰੀਬ ਵੋਟਰਾਂ ਦੀ ਪਛਾਣ ਹੋ ਚੁੱਕੀ ਹੈ ਅਤੇ ਸਾਡੇ ਪੈਨਲ ਵੱਲੋਂ ਇਸ ਦੀ ਕੋਖ ਜਾਰੀ ਹੈ। ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਬਹੁਤ ਕੁਝ ਸਾਹਮਣੇ ਆਏਗਾ। ਉਹਨਾਂ ਕਿਹਾ ਕਿ ਕਾਂਗਰਸ ਵੱਲੋਂ ਕੀਤੀ ਇਸ ਕਾਰਵਾਈ ਨਾਲ ਲੋਕਤੰਤਰ ਦਾ ਪੂਰੀ ਤਰ੍ਹਾਂ ਕਾਣ ਹੋਇਆ ਹੈ। ਸਭ ਤੋਂ ਪਹਿਲਾਂ ਤਾਂ ਮੈਂ ਸਾਰੀ ਪ੍ਰੈਸ ਦਾ ਧੰਨਵਾਦ ਕਰਦਾ, ਫਿਰ ਸਾਡੀ ਪਟਿਆਲਾ ਜ਼ਿਲ੍ਹੇ ਦੀ ਜਿਹੜੀ ਲੀਡਰਸ਼ਿਪ ਹੈ ਉਹਨਾਂ ਦਾ ਧੰਨਵਾਦ ਕਰਦਾ, MC ਸਾਹਿਬਾਨ ਦਾ ਧੰਨਵਾਦ ਕਰਦਾ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਸੁਖਬੀਰ ਸਿੰਘ ਬਾਦਲ ਅਤੇ ਉਹਨਾਂ ਦੀ ਟੀਮ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੀ ਇਸ ਕੰਮ ਦੇ ਵਿੱਚ ਬਹੁਤ ਵੱਡੀ ਸਪੋਰਟ ਕੀਤੀ ਹੈ ਅਤੇ ਤੁਸੀਂ CD ਸਾਰਿਆਂ ਨੇ ਦੇਖੀ ਹੈ ਕਿ ਕਿਵੇਂ ਲੋਕ ਸਮਾਣੇ ਤੋਂ, ਪਾਤਰਾਂ ਤੋਂ, ਡਕਾਲੇ ਤੋਂ, ਸਲੌਰ ਤੋਂ, ਰਾਜਪੁਰੇ ਤੋਂ ਆ ਕੇ ਵੋਟਾਂ ਪਾ ਰਹੇ ਨੇ। ਇਹ ਪਹਿਲੀ ਵਾਰੀ ਹੋਇਆ ਕਿ ਜਿਹੜੀ CD ਵੀ ਹੈ ਉਹ ਵੀ ਅਸੀਂ DC ਸਾਹਿਬ ਤੋਂ RTA ਦੇ ਥਰੂ ਲੈਤੀ ਹੈ ਅਤੇ ਅਸੀਂ ਇਲੈਕਸ਼ਨ ਤੋਂ ਪਹਿਲਾਂ ਸਾਨੂੰ ਪਤਾ ਸੀ ਕਿ ਕਾਂਗਰਸ ਦੇ ਪੱਲੇ ਕੁਛ ਹੈ ਨਹੀਂ। ਅਸੀਂ ਹਾਈਕੋਰਟ ਗਏ, ਹਾਈਕੋਰਟ ਨੇ ਡਾਇਰੈਕਸ਼ਨ ਕੀਤੀ ਕਿ ਅੰਦਰ ਵੀ ਕੈਮਰੇ ਲਾਏ ਜਾਣਗੇ, ਬਾਹਰ ਵੀ ਕੈਮਰੇ ਲਾਏ ਜਾਣਗੇ। ਕੈਮਰੇ ਅੱਧੇ ਕੁ ਲਾਏ, ਅੱਧੇ ਕੁ ਨਾ ਲਾਏ, ਇਹਨਾਂ ਨੇ ਕਾਫੀ ਕੁਛ ਉਹਦੇ ਵਿੱਚ ਵੀ ਲੁਕਾ ਕੇ ਰੱਖਿਆ, ਪਰ ਜਿੰਨਾ ਕੁਛ ਵੀ CD ਦੇ ਵਿੱਚ ਆਇਆ ਹੈ ਜਾਂ ਕੈਮਰਿਆਂ ਦੇ ਵਿੱਚ ਆਇਆ ਹੈ ਉਹ ਅਸੀਂ ਤੁਹਾਨੂੰ CD ਦਿਖਾਈ ਹੈ ਕਿ ਕਿਵੇਂ ਲੋਕ ਬਾਹਰੋਂ ਆ ਕੇ ਵੋਟ ਪਾ ਰਹੇ ਨੇ ਅਤੇ ਕਿਵੇਂ ਪੁਲਿਸ ਗੁੰਡਾਗਰਦੀ ਕਰ ਰਹੀ ਹੈ ਅਤੇ ਇੱਥੇ ਬਸ ਨਹੀਂ ਅਤੇ ਲੋਕ ਜਿਹੜੇ ਅਸਲ ਵੋਟਰ ਨੇ ਉਹ ਰੌਲਾ ਪਾ ਰਹੇ ਨੇ ਕਿ ਸਾਡੀ ਵੋਟ ਸਾਨੂੰ ਪਾਉਣ ਦਿਓ। ਪਰ ਮੇਰਾ ਖਿਆਲ ਹੈ ਵੀ ਜਿੱਡਾ ਬੜਾ ਪਰੂਫ ਤੁਹਾਡੇ ਅੱਜ ਹੱਥ ਲੱਗਿਆ ਹੈ ਇਦੋਂ ਵੱਡਾ ਪਰੂਫ ਕੋਈ ਹੋ ਨਹੀਂ ਸਕਦਾ। ਸੋ ਸਾਡੀ ਕੋਸ਼ਿਸ਼ ਹੈ ਕਿ ਅਸੀਂ DC ਸਾਹਿਬ ਨੂੰ ਵੀ ਮਰਨ ਨੂੰ ਦਿੱਤਾ ਕਿਉਂਕਿ ਪ੍ਰੋਸੈਸ DC ਸਾਹਿਬ ਦੇ ਥਰੂ ਜਾਣਾ, ਇਹ ਤੋਂ ਬਾਅਦ ਦੇ ਵਿੱਚ ਅਸੀਂ ਹਾਈਕੋਰਟ 'ਚ ਵੀ ਜਾਵਾਂਗੇ ਔਰ ਸਾਨੂੰ ਵਿਸ਼ਵਾਸ ਹੈ ਆਪਣੀ ਜੁਡੀਸ਼ਰੀ 'ਤੇ ਕਿ ਸਾਨੂੰ ਇਹਦੇ ਜਸਟਿਸ ਮਿਲੂਗਾ ਔਰ ਰੀਪੋਲ ਦੀ ਅਸੀਂ ਮੰਗ ਕਰਦੇ ਹਾਂ, ਰੀਪੋਲ ਹੋਊਗੀ, ਸਾਡੇ ਕੈਂਡੀਡੇਟ ਬਹੁਤ ਵੱਡੀ ਮੈਜੋਰਟੀ ਦੇ ਵਿੱਚ ਜਿੱਤਣਗੇ, ਇਹ ਮੈਨੂੰ 100% ਉਮੀਦ ਹੈ। 17-12-2017 ਸਾਡੀ ਇਲੈਕਸ਼ਨ ਹੋਈ ਸੀ, ਸਾਨੂੰ ਮੈਨੂੰ ਪਤਾ ਸੀ ਕਿ ਗੁੰਡਿਆਂ ਰਾਜ ਨਾਲ ਇਲੈਕਸ਼ਨ ਹੋਏਗੀ ਕਿਉਂਕਿ ਇਹਨਾਂ ਦਾ ਜਿਹੜੇ ਕੈਂਡੀਡੇਟ ਨੇ ਨਾ ਤਾਂ ਕਿਸੇ ਕੈਂਡੀਡੇਟ ਨੂੰ ਪਤਾ ਸੀ ਵੀ ਕਿੱਥੇ ਇਲੈਕਸ਼ਨ ਹੈ, ਕਿਹੜੀ ਵਾਰਡ ਹੈ, ਬਿਲਕੁਲ ਇਹਨਾਂ ਨੇ ਫਰੈਸ਼ ਕਿਉਂਕਿ ਅੱਜ ਤੱਕ ਕਦੇ ਕਿਸੇ ਦੇ ਗਏ
ਮਿਲੇ ਨਹੀਂ ਸੀਗੇ, ਇਸ ਕਰਕੇ ਅਸੀਂ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ। ਹਾਈ ਕੋਰਟ ਨੇ ਡਾਇਰੈਕਸ਼ਨਾਂ ਕੀਤੀਆਂ SSP DGP ਅਤੇ DC ਸਾਹਿਬ ਨੂੰ ਬੌਂਡ ਕੀਤਾ ਕਿ ਤੂੰ ਵੀਡੀਓਗ੍ਰਾਫੀ ਵਿਦ ਇਲੈਕਸ਼ਨ ਅਤੇ ਵਿਦ ਕਾਊਂਟਿੰਗ ਕਰਾਉਣੀ ਹੈ, ਦੋਨੋਂ ਚੀਜ਼ਾਂ ਦੀ ਇਲੈਕਸ਼ਨ ਦੀ ਹੋਈ। ਅਸੀਂ ਜਾ ਕੇ ਵੀ ਉਹਨਾਂ ਨੂੰ ਮੈਂ ਦੱਸ ਕੇ ਆਇਆ ਵੀ ਆਹ ਲੈਟਰ ਸਾਨੂੰ ਹਾਈ ਕੋਰਟ ਨੇ ਦਿੱਤਾ, ਅਤੇ ਸਾਨੂੰ ਮੇਲ ਵੀ ਆਈ DGP ਸਾਹਿਬ ਦੀ ਕਿ ਮੈਂ ਉਹਨਾਂ ਨੂੰ ਸ਼ੋਰ ਕਰਤਾ। ਅਤੇ ਮੈਂ ਬੰਦਿਆਂ ਦਾ ਜਿਵੇਂ ਪ੍ਰੇਮ ਪਾਤਰਾਂ ਵਾਲਾ ਹੈ, ਉਹਦਾ ਬਾਈ ਨੇਮ ਰਿਚੀ ਡਗਾਲੇ ਦਾ ਸਹੁਰਾ ਸੀ, ਉਹਦਾ ਬਾਈ ਨੇਮ ਮੈਂ ਨਾਂ ਦਿੱਤਾ ਕਿ ਇਹ ਬੰਦਾ ਇੱਥੇ ਨਹੀਂ ਆਉਣਾ ਚਾਹੀਦਾ। ਤੁਸੀਂ ਵੀਡੀਓ ਦੇਖ ਰਹੇ ਹੋ, ਪ੍ਰੈਸ ਨਾਲ ਇੱਥੇ ਪ੍ਰੈਸ ਨਾਲ ਵੀ ਉਹਨਾਂ ਨੇ ਬਹਿਸਬਾਜ਼ੀ ਕਰਕੇ ਉੱਥੇ ਕੀਤਾ, ਅਤੇ ਉਹਨਾਂ ਨੇ ਪਟਿਆਲੇ ਦੇ ਸ਼ਹਿਰ ਦੇ ਨਾਂਵਰ ਬੰਦੇ ਅਤੇ ਆਪਣੇ ਪਰਿਵਾਰ ਦੇ ਜਿਹੜਾ ਬੰਦਾ ਮੇਰੇ 'ਤੇ ਪਰਚਾ ਕਰਾ ਰਿਹਾ, ਉਹਦੀ ਨੂੰਹ, ਉਹ ਦੂਜੀ ਵਾਰ ਦੀ ਹੈ, ਉਹਦੀ ਘਰ ਵਾਲੀ, ਉਹਦੀ ਕੁੜੀ ਸਮਾਣੇ ਵਿਆਹੀ ਹੋਈ ਹੈ। ਮੇਰੇ ਕੋਲ 200 ਬੰਦੇ ਦੀ ਲਿਸਟ ਹੈ, ਪਰ ਮੈਂ ਤੁਹਾਨੂੰ ਆਈਡੈਂਟੀਫਾਈ ਅੱਜ 50 ਕੀਤੇ ਨੇ, 100 ਕੱਲ੍ਹ ਨੂੰ ਫਿਰ ਕਰੂੰਗਾ। ਆਹ ਇਕੱਲੇ ਇਕੱਲੇ ਉਹਨਾਂ ਦਾ ਵੋਟਰ ਨਾਮ, ਉਹਨਾਂ ਦੀ ਵੋਟਰ ਲਿਸਟ ਵੀ ਨਾਲ ਲੈ ਕੇ ਆਇਆ, ਕਿਉਂਕਿ ਤੁਸੀਂ ਵਾਰੀ ਕਈ ਵਾਰੀ ਉਹ ਕਹਿ ਦਿੰਦੇ ਵੀ ਪ੍ਰੈਕਟੀਕਲ 'ਚ ਵੈਸੇ ਕੋਈ ਗੱਲਾਂ ਕਹਿ ਦਿੰਦਾ, ਇੱਕ ਵੀ ਗੱਲ ਕੋਈ ਅਸੀਂ ਐਸੀ ਨਹੀਂ ਕਹਿੰਦੇ ਚਾਹੁੰਦੇ, ਕਿਉਂਕਿ ਮੇਰੀ ਵਾਰਡ ਇੱਕ ਦਿਨ ਵੀ ਅੱਜ ਤੱਕ ਉਹ ਕਦੇ ਉਹਨਾਂ ਨੇ ਸੌਂ ਕੇ ਨਹੀਂ ਦੇਖਿਆ। ਉਹ ਹਮੇਸ਼ਾ ਹੀ ਇਹ ਕਰਦੇ ਨੇ ਕਿ ਇੰਨਾ ਜ਼ੁਲਮ ਅਸੀਂ ਕਦੇ ਨਹੀਂ ਦੇਖਿਆ, ਕਿਉਂਕਿ ਉਹਨਾਂ ਦੀ ਇਕੱਲੀ ਇਕੱਲੀ ਡਾਂਗ, ਇਕੱਲਾ ਇਕੱਲਾ ਮੌੜ, ਤੁਸੀਂ ਇਹ ਤਾਂ ਸਿਰਫ DC ਵਾਲੀ CD ਦਿਖਾ ਸਕਦੇ ਹਾਂ। ਜੇਕਰ ਮੈਂ ਤੁਹਾਨੂੰ ਆਪਣੇ ਵਾਲੀਆਂ ਜਿਹੜੀਆਂ ਪ੍ਰੈਸ ਦੁਆਰਾ ਬਣਾਈ ਜਿਹੜੇ ਸਾਡੀ CD ਬਣਾਈਆਂ, ਤੁਹਾਡੇ ਰੌਂਗਟੇ ਖੜੇ ਹੋ ਜਾਣਗੇ ਕਿ ਆਪਾਂ ਉੱਥੋਂ ਦੀਆਂ ਬਜ਼ੁਰਗ ਲੇਡੀਜ਼ ਨੂੰ ਕਿਵੇਂ ਕੁੱਟਿਆ, ਉੱਥੇ ਬਜ਼ੁਰਗਾਂ ਨੂੰ ਕਿਵੇਂ ਕੁੱਟਿਆ, ਉਹ ਲੋਕ ਤਰਲੇ ਕਰਦੇ ਰਹੇ, ਕਿਸੇ ਨੂੰ ਅੰਦਰ ਐਂਟਰ ਨਹੀਂ ਹੋਣ ਦਿੱਤਾ। ਪੁਲਿਸ ਪ੍ਰਸ਼ਾਸਨ ਅਤੇ ਨਾਲ ਕਾਂਗਰਸੀ ਗੁੰਡਿਆਂ ਨੇ ਰਲ ਕੇ, ਜਿਹੜੇ ਗੁੰਡੇ ਸ਼ਰੇਆਮ ਸੱਟੇ ਬਜ਼ਾਰੀ ਦਾ ਕੰਮ ਕਰਦੇ ਨੇ, ਉਹ ਗੁੰਡੇ ਲਿਆ ਕੇ 2-2 ਪੈਸੇ ਦੇ ਕੇ ਉੱਥੇ ਗੁੰਡਾਗਰਦੀ ਕਰਾਈ। ਅਗਲਾ ਇਲੈਕਸ਼ਨ ਜੋ ਵੀ ਸਾਡੀ ਸ਼੍ਰੋਮਣੀ ਅਕਾਲੀ ਦਲ ਦੀ ਇੱਕ ਟੀਮ ਬਣੀ ਹੈ, ਜਿਨ੍ਹਾਂ ਨੇ ਰੱਖਣਾ ਸਾਹਿਬ ਦਿੰਦੇ ਹਨ, ਮੈਂ ਖੰਡਾ ਸਾਹਿਬ ਅਤੇ ਜਨੇਜਾ ਜੀ ਸਾਰਿਆਂ ਨੇ, ਕਿਉਂਕਿ ਇਹਨਾਂ ਨੇ ਪਹਿਲਾਂ ਜਾ ਕੇ ਸਾਰਾ ਉਹਦੀ ਪਹੁੰਚ ਛੁਣ ਕਰਕੇ ਵਕੀਲਾਂ ਨਾਲ ਸਲਾਹ ਕਰਕੇ ਕੀਤੀ ਹੈ। ਅਸੀਂ ਪੰਜਾਬ ਦੇ ਰਾਜਪਾਲ ਨੂੰ ਵੀ ਮਿਲਾਂਗੇ, ਅਸੀਂ ਹਾਈ ਕੋਰਟ ਵੀ ਜਾਵਾਂਗੇ, ਅਸੀਂ ਚੋਣ ਕਮਿਸ਼ਨ ਦਿੱਲੀ ਨੂੰ ਵੀ ਮਿਲ ਕੇ ਆਵਾਂਗੇ, ਅਸੀਂ ਚੋਣ ਕਮਿਸ਼ਨ ਪੰਜਾਬ ਦੇ ਨੂੰ ਵੀ ਮਿਲ ਕੇ ਆਵਾਂਗੇ, ਕਿਉਂਕਿ ਅਸੀਂ ਇਹ ਬੈਠਣਾ ਨਹੀਂ। ਅਸੀਂ ਜਿਹੜਾ ਇਨਸਾਫ ਹੈ ਲੋਕਾਂ ਦਾ, ਜਿਹੜਾ ਦਾ ਵੋਟਾਂ ਖੋਣ ਦਾ ਅਧਿਕਾਰ ਲੋਕਾਂ ਨੇ ਖੋਇਆ, ਜਿਹੜੇ ਲੋਕਾਂ ਨੇ ਖੋਇਆ, ਜਿਹੜੇ ਲੋਕ ਉੱਥੇ ਆਏ ਨੇ, ਜਿੰਨਾ ਚਿਰ ਉਹਨਾਂ ਦੇ ਪਰਚਾ ਦਰਜ ਨਹੀਂ ਹੁੰਦਾ, ਸਾਡੀ ਰੀਪੋਲਿੰਗ ਨਹੀਂ ਹੁੰਦੀ, ਅਸੀਂ ਇੱਕ ਦਿਨ ਵੀ ਚੈਨ ਨਾਲ ਨਹੀਂ ਬੈਠਾਂਗੇ। ਅਸੀਂ ਇਸੇ ਤਰ੍ਹਾਂ ਆਪਣੀ ਲੜਾਈ ਜਾਰੀ ਰੱਖਾਂਗੇ, ਕਿਉਂਕਿ ਇਹ ਤੁਸੀਂ ਕੋਈ ਮੈਨੂੰ ਬੰਦਾ ਦਿਖਾ ਦੇ, ਇਹਨੇ ਇਤਿਹਾਸ 'ਚ ਕਦੇ ਨਹੀਂ ਲਿਖਿਆ ਹੋਣਾ ਕਿ ਇੰਨੀ ਵਧੀਆ ਉੱਥੋਂ ਦੀ ਵੀਡੀਓਗ੍ਰਾਫੀ, ਪਰ ਚੋਰ ਚੋਰੀ ਕਰ ਲੈਂਦਾ, ਉਹ ਹਮੇਸ਼ਾ ਕਿਤੇ ਨਾ ਕਿਤੇ ਆਪਣੇ ਆਪ ਨੂੰ ਇਹ ਭੁੱਲ ਜਾਂਦਾ ਕਿ ਮੈਂ ਚੋਰੀ ਕੀਤੀ ਹੈ ਸ਼ੈ। ਇਸ ਕਰਕੇ ਮੈਂ ਤੁਹਾਡੇ ਪ੍ਰੈਸ ਵਾਲੇ ਵੀਰਾਂ ਦਾ, ਆਪਣੇ ਸ਼੍ਰੋਮਣੀ ਅਕਾਲੀ ਦਲ ਦਾ, ਆਪਣੀ ਵਾਰਡ ਵੱਲੋਂ ਅਤੇ ਸਾਰੇ ਪਟਿਆਲੇ ਦੇ ਇਕੱਲੀ ਇਕੱਲੀ ਵਾਰਡ ਦੇ ਇਕੱਲੇ ਇਕੱਲੇ ਕੌਂਸਲਰ ਵੱਲੋਂ ਮੈਂ ਧੰਨਵਾਦ ਕਰਦਾ ਕਿ ਤੁਸੀਂ ਸਾਡੇ ਇੱਥੇ ਬੁਲਾਵੇ ਦੇ ਸਾਰੇ ਆਏ, ਤਾਂ ਇਸੇ ਤਰ੍ਹਾਂ ਸਾਡੀ ਲੜਾਈ ਜਾਰੀ ਰਹੂਗੀ। ਧੰਨਵਾਦ। ਪ੍ਰੈਸ ਕਾਨਫਰੰਸ ਤੋਂ ਬਾਅਦ ਸੁਰਜੀਤ ਸਿੰਘ ਰੱਖੜਾ ਦੀ ਅਗਵਾਈ ਵਿੱਚ ਸਮੂਹ ਜ਼ਿਲ੍ਹੇ ਦੇ ਨੇਤਾਵਾਂ ਨੇ DC ਪਟਿਆਲਾ ਕੁਮਾਰ ਅਮਿਤ ਅਤੇ SSP ਪਟਿਆਲਾ ਡਾਕਟਰ ਭੂਪਤੀ ਨੂੰ ਮੰਗ ਪੱਤਰ ਦਿੱਤਾ ਅਤੇ ਸਾਰੇ ਜਾਲੀ ਵੋਟਰਾਂ ਖਿਲਾਫ਼ ਕ੍ਰਿਮੀਨਲ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਇਸ ਬਾਰੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਲੈਕਸ਼ਨ ਦਾ ਮੈਮੋਰੈਂਡਮ ਜੀ, ਇਟ ਇਜ਼ ਰਿਲੇਟਡ ਟੂ ਦੀ 14 ਨੰਬਰ ਵਾਰਡ, ਜਿਹੜਾ ਕਾਰਪੋਰੇਸ਼ਨ ਇਲੈਕਸ਼ਨ ਹੋਇਆ ਹੈਗਾ। ਇਹਦੇ ਵਿੱਚ ਅਸੀਂ ਜਿਹੜਾ ਹੈਗਾ, ਇਹਨਾਂ ਨੇ ਕੋਈ ਮੰਗ ਪੱਤਰ ਦਿੱਤਾ, ਅਸੀਂ ਸਟੱਡੀ ਕਰਾਂਗੇ, ਹੁਣੇ ਹੀ ਮਿਲਿਆ ਹੈਗਾ। ਇਹਦੇ ਵਿੱਚ ਜੋ ਵੀ ਮੈਰਿਟ ਔਰ ਬਣਦੀ ਕਾਰਵਾਈ ਹੋਈ ਅਸੀਂ ਕਰਵਾਵਾਂਗੇ ਜੀ। ਦੇਖੀਏ ਜੀ, ਇਲਜ਼ਾਮ ਹੈਗੇ ਜੀ, ਬਟ ਇਹਦੀ ਇਨਕੁਆਇਰੀ ਕਰਨੀ ਪੈਣੀ ਜੀ, ਐਂਡ ਆਪਾਂ ਨੂੰ ਦੇਖਣਾ ਪੈਣਾ ਕਿ ਵਾਟ ਐਗਜੈਕਟਲੀ ਦਾ ਇਸ਼ੂਜ਼ ਹੈ, ਐਂਡ ਜਿੱਥੇ ਅਗਰ ਕੋਈ ਇਸ਼ੂ ਹੈਗਾ, ਅਗਰ ਕਿਸੇ ਬੰਦੇ ਦੀ ਰਿਸਪੋਂਸਿਬਿਲਿਟੀ ਫਿਕਸ ਕਰਨ ਦੀ ਲੋੜ ਹੈ, ਉੱਥੇ ਕਰਾਂਗੇ। ਪਟਿਆਲਾ ਤੋਂ ਪ੍ਰੀਤ ਰੰਧਾਵਾ ਦੀ ਰਿਪੋਰਟ, ATV ਨਿਊਜ਼। ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ 'ਤੇ ਵੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈੱਲ ਆਈਕਨ ਜ਼ਰੂਰ ਦਬਾਓ।